ग्लोबल विदास फाउंडेशन वालों सब नु सत श्री अकाल। एक छोटी जी कोशिश, एक छोटा जा उपराला सिखी दे इतिहास दे बारे जानन दी ते ओ कुछ दसन दी जो आज तक लुकया छुपया रहा है। बाय द संगत फॉर द संगत साडी एक कोशिश है। ਤਾਂ ਸਭ ਤੋਂ ਪਹਿਲਾਂ ਇਸ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਹਰਕੀਰਤ ਸਿੰਘ ਜੀ ਮੇਰੇ ਨਾਲ ਨੇ ਜੋ ਕਿ ਵੈਸੇ ਪੇਸ਼ੇ ਤੋਂ ਇੱਕ ਲਾਇਰ ਨੇ ਲੇਕਿਨ ਬਾਵਜੂਦ ਵੀ ਇਹ ਕੋਸ਼ਿਸ਼ ਕਰਦੇ ਰਹਿੰਦੇ ਨੇ ਆਪਣੇ ਬਿਜ਼ੀ ਟਾਈਮ ਚੋਂ ਕੁਝ ਵਕਤ ਕੱਢ ਕੇ ਕਿ ਸਿੱਖ ਧਰਮ ਦੇ ਬਾਰੇ ਕਿਸ ਤਰ੍ਹਾਂ ਲੋਕਾਂ ਨੂੰ ਹੋਰ ਜਾਣੂ ਕਰਾਇਆ ਜਾਏ ਕਿ ਕਿਸ ਤਰ੍ਹਾਂ ਦੱਸਿਆ ਜਾਏ ਕਿ ਸਾਡਾ ਸਿੱਖੀ ਦਾ ਇਤਿਹਾਸ ਕੀ ਹੈ। ਹਰਕੀਰਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਜਾਣਨਾ ਚਾਹਾਂਗੀ ਅੱਜ ਇਸ ਵਕਤ ਦੀ ਜ਼ਰੂਰਤ ਕੀ ਹੈ ਅਗਰ ਆਪਾਂ ਸਿੱਖ ਧਰਮ ਦੀ ਗੱਲ ਕਰੀਏ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਹਾਂ ਜੀ, ਸਭ ਤੋਂ ਪਹਿਲਾਂ ਮੈਂ ਤੇ ਇਹ ਕਹਿਣਾ ਚਾਹਾਂਗਾ ਕਿ ਇਸ ਵਕਤ ਮੁੱਢਲੀ ਜਿਹੜੀ ਸਾਡੀ ਲੋੜ ਹੈਗੀ ਹੈ ਆਪਣੀ ਸਿੱਖੀ ਪ੍ਰਚਾਰ ਵਾਸਤੇ ਬੱਚਿਆਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਾਉਣਾ। ਕਿਰਤ ਜੀ, ਗਲੋਬਲ ਵਿਦਾਸ ਫਾਊਂਡੇਸ਼ਨ ਦੀ ਇਸ ਕੋਸ਼ਿਸ਼ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਆਈ ਐਮ ਵੈਰੀ ਹੈਪੀ ਇਹ ਆ ਕੇ ਇੱਥੇ ਮੈਂ ਦੇਖ ਰਿਹਾ ਹਾਂ ਕਿ ਇਹ ਬੱਚਿਆਂ ਨੂੰ ਇੱਕ ਐਗਜ਼ਿਸਟ ਮਿਲਦੀ ਪਈ ਹੈ, ਇੱਕ ਅੰਦਰੋਂ ਇੱਕ ਇਸ ਤਰ੍ਹਾਂ ਛੋਟੀ ਜਿਹੀ ਕਹਾਵਤ ਹੈ ਬਣੀ ਹੋਈ ਹੈ ਕਿ ਖਰਬੂਜੇ ਕੋ ਦੇਖ ਕੇ ਖਰਬੂਜਾ ਰੰਗ ਬਦਲਤਾ ਹੈ। ਜਸਟ ਐਨ ਐਗਜ਼ਾਮਪਲ। ਤੋ ਹੁਣ ਬੱਚੇ ਹੁਣ ਉਹ ਦੇਖ ਰਹੇ ਮੇਰੇ ਵੀਰ ਮੇਰੀਆਂ ਭੈਣਾਂ ਇਹ ਕੀਰਤਨ ਕਰ ਰਹੇ ਨੇ, ਇਹ ਸਿੱਖੀ ਨਾਲ ਜੁੜਦੇ ਪਏ ਤੇ ਉਹਨਾਂ ਦੇ ਮਨ ਚ ਵੀ ਇਹ ਵਿਚਾਰ, ਇਹ ਭਾਵਨਾ ਉਤਪੰਨ ਹੁੰਦੀ ਤੇ ਕਿਉਂ ਨਾ ਮੈਂ ਵੀ ਇਸ ਪਾਸੇ ਇਹ ਲੜ ਫੜਾਂ ਬਾਬੇ ਦਾ ਤੇ ਮੈਂ ਵੀ ਕੁਛ ਆਪਣਾ ਐਟਲੀਸਟ ਉਸ ਸਮੁੰਦਰ ਚ ਇੱਕ ਬੂੰਦ ਇੱਕ ਚੁੱਭੀ ਇੱਕ ਮੈਂ ਵੀ ਲਵਾਂ ਤੇ ਵਾਈ ਨਾਟ ਇੰਜੋਏ ਦਿਸ ਐਂਡ ਲਿਵ ਅ ਲਾਈਫ ਅ ਬਲਿਸਫੁਲ ਲਾਈਫ ਆਫ ਦਿਸ ਗੁਰਬਾਣੀ।